ਓਸ਼ੋ ਇੱਕ ਸੰਨਿਆਸੀ ਕੁਝ ਦਿਨ ਹੋਏ ਮੇਰੇ ਕੋਲ ਆਏ ਮੈਂ ਉਹਨਾਂ ਤੋਂ ਪੁੱਛਿਆ ਕਿ ਕੀ ਧਿਆਨ ਕਰਦੇ ਹੋ ਕੀ ਸਾਧਨਾ ਕਰਦੇ ਹੋ ਕਹਨ ਲੱਗੇ ਬੈਠ ਕੇ ਕਾਂਤ ਵਿੱਚ ਇਹੀ ਸੋਚਦਾ ਕਿ ਮੈਂ ਸਤ ਚੇਤ ਆਨੰਦ ਸਰੂਪ ਪਰਮਾਤਮਾ ਹਾਂ ਮੈਂ ਸ਼ੁੱਧ ਬੁੱਧਾਤਮਾ ਹਾਂ ਮੈਂ ਅੰਮ੍ਰਿਤ ਜੀਵਨ ਹਾਂ ਮੇਰੀ ਕੋਈ ਮੌਤ ਨਹੀਂ ਮੈਂ ਸਰੀਰ ਨਹੀਂ ਹਾਂ ਮੈਂ ਮਨ ਨਹੀਂ ਹਾਂ ਮੈਂ ਆਤਮਾ ਹਾਂ ਇਹ ਅਸੀਂ ਧਿਆਨ ਕਰਦੇ ਹਾਂ ਇਹ ਅਸੀਂ ਮੈਡੀਟੇਸ਼ਨ ਕਰਦੇ ਹਾਂ ਮੈਂ ਉਹਨਾਂ ਨੂੰ ਕਿਹਾ ਇਹ ਗੱਲਾਂ ਤੁਹਾਨੂੰ ਪਤਾ ਹਨ ਇਹ ਗੱਲਾਂ ਤੁਹਾਨੂੰ ਗਿਆਤ ਹਨ ਇਹ ਤੁਹਾਡਾ ਅਨੁਭਵ ਹੈ ਇਹ ਤੁਹਾਡਾ ਗਿਆਨ ਹੈ ਕਿ ਤੁਸੀਂ ਸ਼ੁੱਧ ਬੁੱਧ ਆਤਮਾ ਹੋ ਨਾ ਕਿ ਸੁਨੇ ਹੋਏ ਸ਼ਬਦ ਤੇ ਸਿੱਖੇ ਹੋਏ ਸ਼ਬਦ ਹਨ ਫਿਰ ਮੈਂ ਉਹਨਾਂ ਨੂੰ ਪੁੱਛਿਆ ਜੇ ਤੁਹਾਨੂੰ ਇਹ জ্ঞাত ਹੀ ਹੈ ਕਿ ਤੁਸੀਂ ਸ਼ੁੱਧ ਬੁੱਧ ਆਤਮਾ ਹੋ ਤਾਂ ਰੋਜ਼ ਰੋਜ਼ ਇਹਨੂੰ ਬੈਠ ਕੇ ਦੌਰਾਨ ਦੀ ਰਿਪੀਟ ਕਰਨ ਦੀ ਕੀ ਜ਼ਰੂਰਤ ਹੈ ਜੋ জ্ঞাত ਹੈ ਉਹਨੂੰ ਕਦੇ ਕੋਈ ਦੁਹਰਾਉਂਦਾ ਨਹੀਂ ਹੈ ਜੋ জ্ঞাত ਨਹੀਂ ਹੈ ਉਹਨੂੰ ਦੁਹਰਾ ਦੁਹਰਾ ਕੇ ਅਸੀਂ ਇਹ ਉਪਲੇਖਾ ਪੈਦਾ ਕਰਨਾ ਚਾਹੁੰਦੇ ਹਾਂ ਕਿ ਉਹ ਗਿਆਤ ਹੈ ਜੇ ਸਾਨੂੰ ਪਤਾ ਹੈ ਕਿ ਮੈਂ ਪਰਮਾਤਮਾ ਹਾਂ ਜੇ ਪਤਾ ਹੈ ਕਿ ਅਹੰ ਬ੍ਰਹਮਸਮ ਕਿ ਮੈਂ ਬ੍ਰह्म ਹਾਂ ਤੇ ਰੋਜ਼-ਰੋਜ਼ ਦੁਹਰਾਉਣ ਦੀ ਕੀ ਜ਼ਰੂਰਤ ਹੈ ਕਦੇ ਕੋਈ ਨਹੀਂ ਦੁਹਰਾਉਂਦਾ ਜਿਹਨੂੰ ਜਾਣਦਾ ਹੈ ਜਿਹਨੂੰ ਅਸੀਂ ਨਹੀਂ ਜਾਣਦੇ ਉਹਨੂੰ ਅਸੀਂ ਦੁਹਰਾਉਂਦੇ ਹਾਂ ਕਿਉਂਕਿ ਬਾਰ-ਬਾਰ ਦੁਹਰਾਉਣ ਨਾਲ ਇਹ ਪੁਲੀਖਾ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਵਾਕਿਫ ਹੋ ਗਏ ਹਾਂ ਸ਼ਬਦਾਂ ਨਾਲ ਲਗਾਤਾਰ ਦੁਹਰਾਏ ਜਾਣ ਨਾਲ ਵਕਫੀ ਪੈਦਾ ਹੋ ਜਾਂਦੀ ਹੈ ਅਸੀਂ ਭੁੱਲ ਜਾਂਦੇ ਹਾਂ ਕਿ ਪਹਿਲੀ ਵਾਰ ਜਦ ਅਸੀਂ ਕਿਹਾ ਸੀ ਤਾਂ ਸਾਨੂੰ ਪਤਾ ਨਹੀਂ ਸੀ 50 ਵਾਰ ਕਹਿਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਸਾਨੂੰ ਪਤਾ ਹੈ ਲੇਕਿਨ ਪਹਿਲੀ ਗੱਲ ਹੀ ਸਾਨੂੰ ਜਦ ਗਿਆਤ ਨਹੀਂ ਸੀ ਤੇ 50 ਵਾਰ ਦੁਹਰਾ ਲੈਣ ਨਾਲ ਉਹ ਗਿਆਤ ਨਹੀਂ ਹੋ ਸਕਦੀ ਰੈਪੀਟਿਸ਼ਨ ਕਿਤੇ ਵੀ ਨਹੀਂ ਲੈ ਜਾਂਦੀ ਸੋ ਆਈ ਭਲੇਖੇ ਦੇ ਪਰ ਅਸੀਂ ਦੁਹਰਾਉਂਦੇ ਹਾਂ ਅਸੀਂ ਦੂਜਿਆਂ ਨੂੰ ਵੀ ਜਦ ਠੋਖਾ ਦੇਣਾ ਚਾਹੁੰਦੇ ਹਾਂ ਤਾਂ ਅਸੀਂ ਦੁਹਰਾਨ ਦਾ ਉਪਾਅ ਕਰਦੇ ਹਾਂ ਆਪਣੇ ਆਪ ਨੂੰ ਵੀ ਤੋਖਾ ਦੇਣਾ ਚਾਹੁੰਦੇ ਆ ਦੁਹਰਾਣ ਦਾ ਉਪਾਅ ਕਰਦੇ ਆ ਧੰਨਵਾਦ